ਲੋਹੜੀ ਦਾ ਤਿਉਹਾਰ ਸਾਂਝ ਅਤੇ ਪਿਆਰ ਦਾ ਪ੍ਰਤੀਕ ਹੈ। ਲੋਕ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਦੇ ਨਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਪਰ ਸਮਾਜ ਵੱਲੋਂ ਨਕਾਰੇ ਗਏ ਅਨਾਥ ਅਤੇ ਬੇਸਹਾਰਾ ਬੱਚਿਆਂ ਵੱਲ ਕੋਈ ਨਹੀਂ ਦੇਖਦਾ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਿਵ ਸੈਨਾ ਹਿੰਦ ਨੇ ਪਹਿਲਕਦਮੀ ਦਿਖਾਉਂਦਿਆਂ ਰੈੱਡ ਕਰਾਸ ਭਵਨ ਦੇ ਲੋੜਵੰਦ ਬੱਚਿਆਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ। ਸ਼ਿਵ ਸੈਨਾ ਹਿੰਦ ਨੇ ਪੰਜਾਬ ਪ੍ਰਧਾਨ ਈਸ਼ਾਨ ਸ਼ਰਮਾ ਨੇ ਆਪਣੀ ਸਮੁੱਚੀ ਟੀਮ ਨਾਲ ਇਹਨਾਂ ਬੱਚਿਆਂ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਬੱਚਿਆਂ ਨੂੰ ਪੜ੍ਹਨ ਸਮੱਗਰੀ ਦੇ ਨਾਲ ਮੂੰਗਫਲੀ ਅਤੇ ਰੇੜੀਆਂ ਕੱਚਕ ਵੰਡ ਕੇ ਲੋਹੜੀ ਦੀ ਮੁਬਾਰਕਬਾਦ ਦਿੱਤੀ। ਜਲੰਧਰ ਤੋਂ ਸੁਨੀਲ ਚਾਵਲਾ ਅਤੇ ਅਮਿਤ ਅਰੋੜਾ ਦੀ ਰਿਪੋਰਟ। ਮੈਂ ਈਸ਼ਾਨ ਸ਼ਰਮਾ, ਸ਼ਿਵ ਸੈਨਾ ਹਿੰਦ ਤੋਂ ਪੰਜਾਬ ਪ੍ਰਧਾਨ ਯੂਥ ਹੋਣ ਦੇ ਨਾਤੇ ਅੱਜ ਸਾਡੀ ਸ਼ਿਵ ਸੈਨਾ ਹਿੰਦ ਦੀ ਸਾਰੀ ਟੀਮ, ਜਿਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਵਿਕਰਮ ਸ਼ਰਮਾ ਜੀ, ਵੈਸਟ ਦੇ ਚੇਅਰਮੈਨ ਰਾਜੀਵ ਗਾਂਧੀ ਜੀ, ਰਾਹੁਲ ਮਹਿਰਾ ਜੀ, ਅਮਿਤ ਸ਼ੋਰੀ ਜੀ, ਰੋਹਿਤ ਬਮੋਤਰਾ ਜੀ ਔਰ ਸਾਰੀ ਟੀਮ ਅੱਜ ਰੈੱਡ ਕਰਾਸ ਦੇ ਵਿੱਚ ਡੈਫ ਸਕੂਲ ਦੇ ਵਿੱਚ ਪਹੁੰਚੀ ਹੈ। ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਲੋਹੜੀ ਦੇ ਸ਼ੁਭ ਅਵਸਰ 'ਤੇ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਵੀ ਸਾਰਿਆਂ ਦਾ ਲੋਹੜੀ ਦਾ ਤਿਉਹਾਰ ਸਾਰਿਆਂ 'ਤੇ ਖੁਸ਼ੀ ਭਰਿਆ ਆਵੇ। ਔਰ ਲੋਹੜੀ ਦਾ ਤਿਉਹਾਰ ਜਿਹੜਾ ਆ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸੈਨਾ ਹਿੰਦ ਵੱਲੋਂ ਬੱਚਿਆਂ ਦੇ ਨਾਲ ਜੋ ਡੈਫ ਸਕੂਲ ਦੇ ਵਿੱਚ ਬੱਚੇ ਆ ਉਹਨਾਂ ਦੇ ਨਾਲ ਮਨਾਇਆ ਗਿਆ। ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਲੋਹੜੀ ਦਾ ਤਿਉਹਾਰ ਜਿਹੜਾ ਆ ਉਹ ਇਹਨਾਂ ਬੱਚਿਆਂ ਨਾਲ ਮਨਾਉਂਦੇ ਹਾਂ, ਕਿਉਂਕਿ ਇਹਨਾਂ ਬੱਚਿਆਂ ਨਾਲ ਜਿਹੜਾ ਤਿਉਹਾਰ ਮਨਾਉਣਾ ਇੱਕ ਬਹੁਤ ਹੀ ਵੱਡੀ ਗੱਲ ਆ, ਕਿਉਂਕਿ ਇਹਨਾਂ ਬੱਚਿਆਂ ਦਾ ਜਿਹੜਾ ਅੱਗੇ ਪਿੱਛੇ ਕੋਈ ਨਹੀਂ ਆ। ਅਸੀਂ ਸਾਰੇ ਹੀ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਹਾਂ, ਅਸੀਂ ਲੋਕ ਤਿਉਹਾਰ ਤਾਂ ਆਪਣੇ ਘਰਾਂ ਜ਼ਰੂਰ ਮਨਾਉਂਦੇ ਹਾਂ ਪਰ ਅਸੀਂ ਇੱਦਾਂ ਦੇ ਬੱਚਿਆਂ ਦੇ ਨਾਲ ਵੀ ਆ ਕੇ ਤਿਉਹਾਰ ਮਨਾਈਏ ਔਰ ਇੱਦਾਂ ਦੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੀਏ। ਜੈ ਸ਼੍ਰੀ ਰਾਮ। ਸਰ, ਤੁਸੀਂ